ਮੈਨੂੰ ਨਿੱਜੀ ਤੌਰ 'ਤੇ ਉਹ ਲੋਕ ਬੜੇ ਚੰਗੇ ਲੱਗਦੇ ਨੇ ਜਿਹੜੇ ਜ਼ਿੰਦਗੀ ਦੇ ਵਾਸਤੇ ਜੱਦੋ ਜਹਿਦ ਕਰ ਰਹੇ ਹੁੰਦੇ ਨੇ, ਸੰਘਰਸ਼ ਕਰ ਰਹੇ ਹੁੰਦੇ ਨੇ ਆਪਣੀ ਹੋਂਦ ਵਾਸਤੇ, ਆਪਣੇ ਭਵਿੱਖ ਵਾਸਤੇ। ਪਰ ਕਈ ਵਾਰੀ ਮਾਰਾਂ ਐਸੀਆਂ ਪੈ ਜਾਂਦੀਆਂ ਨੇ ਕਿ ਉਹ ਬੜੀਆਂ ਅਫਸੋਸਨਾਕ ਹੁੰਦੀਆਂ ਨੇ। ਜਿਵੇਂ ਦਿੱਲੀ ਦੇ ਵਿੱਚ ਇੱਕ ਕੋਚਿੰਗ ਸੈਂਟਰ ਦੇ ਵਿੱਚ ਹੋਇਆ, ਬੇਸਮੈਂਟ ਦੇ ਵਿੱਚ ਪਾਣੀ ਭਰ ਗਿਆ ਅਤੇ ਬੜੇ ਸੁਪਨੇ ਲੈ ਕੇ ਜਿਹੜੇ ਉੱਥੇ ਵਿਦਿਆਰਥੀ ਗਏ, ਕੁਝ ਦੀਆਂ ਜਾਨਾਂ ਵੀ ਚਲੀਆਂ ਗਈਆਂ, ਕੁਝ ਦੇ ਬੜੇ ਨੁਕਸਾਨ ਵੀ ਹੋ ਗਏ ਨੇ। ਇਹ ਹਾਦਸਾ ਕਿੱਦਾਂ ਵਾਪਰਿਆ ਜੀ? ਦੇਖੋ, ਗੱਲ ਇਹ ਆ ਕਿ ਇਹ ਹਾਦਸਾ ਨਹੀਂ, ਮੇਰੇ ਤਾਂ ਜਾਚੇ ਇਹ ਕਤਲ ਨੇ। ਠੀਕ ਹੈ ਨਾ ਜੀ? ਸੋ ਕਹਿੰਦੇ ਹੁੰਦੇ ਆ ਕਿ ਬੜਾ ਸ਼ਾਨਦਾਰ, ਵੈਸੇ ਕਹਿ ਲਓ ਕਿ ਢੁੱਕਵਾਂ ਜੀ, ਇਹਦੇ 'ਤੇ ਨਾ ਇੱਕ ਬੋਲ ਜਿਹੜਾ ਲਾਗੂ ਕੀਤਾ ਜਾ ਸਕਦਾ ਹੈ ਕਿ ਜਿਸ ਦਾ ਕੋਈ ਕਾਤਲ ਨਹੀਂ ਹੁੰਦਾ ਉਸ ਦਾ ਕਾਤਲ ਅਕਸਰ ਹੁਕਮਰਾਨ ਹੈ। ਬਿਲਕੁਲ। ਤਾਂ ਮਤਲਬ ਇਹ ਆ ਕਿ ਜਦੋਂ ਕੋਈ ਕਾਤਲ ਨਾ ਲੱਭੇ ਜੀ ਕਿਸੇ ਸਿਵਿਲੀਅਨ ਦਾ, ਤਾਂ ਸਮਝ ਲਓ ਕਿ ਉਸ ਕਤਲ ਲਈ ਜ਼ਿੰਮੇਵਾਰੀ ਜਿਹੜੀ ਹੈ ਨਾ ਸਿਸਟਮ ਦੀ ਆ। ਹੁਣ ਐਡਾ ਗੰਦਾ ਸਿਸਟਮ ਆ, ਇਹ ਐਡੇ ਬੇਸ਼ਰਮ ਸਾਡੇ ਰਾਜਨੀਤਿਕ ਬੰਦੇ ਨੇ ਜੀ ਕਿ ਤੁਸੀਂ ਵੇਖੋ ਹੁਣ ਇਸ ਮਾਮਲੇ 'ਤੇ ਆਮ ਆਦਮੀ ਪਾਰਟੀ ਵਾਲੇ ਦੂਜੇ ਨੂੰ ਕਹਿ ਰਹੇ, ਭਾਜਪਾ ਵਾਲਿਆਂ ਨੂੰ, ਭਾਜਪਾ ਵਾਲੇ ਇਹਨਾਂ ਨੂੰ ਕਹਿ ਰਹੇ ਆ ਜੀ। ਬੇਸਿਕਲੀ ਕੀ ਆ ਕਿ ਹੁਣ ਅੱਜ ਦੇ ਦੌਰ ਦੇ ਵਿੱਚ ਜੇ ਤੁਸੀਂ ਵੇਖੋਗੇ ਤਾਂ ਕਰਪਸ਼ਨ ਜਿਹੜੀ ਹੈ ਨਾ ਜੀ, ਹੁਣ ਗੱਲ ਇਹ ਆ ਕਿ ਉੱਥੋਂ ਹੀ ਸਟਾਰਟ ਹੋ ਜਾਂਦੀ ਆ ਜਿੱਥੋਂ ਕਰਪਸ਼ਨ ਰੋਕਣ ਵਾਲਿਆਂ ਨੇ ਪੈਦਾ ਹੋਣਾ ਜੀ। ਕਮਾਲ ਦੀ ਗੱਲ ਆ ਕਿ ਇੱਥੋਂ IAS ਨਿਕਲਦੇ ਆ। ਬਿਲਕੁਲ। ਇਹ ਪੈਸਾ ਧੇਲਾ ਦੇ ਕੇ ਅਤੇ ਥੱਲੇ ਬੇਸਮੈਂਟ ਦੇ ਵਿੱਚ ਵੀ ਲਾਇਬ੍ਰੇਰੀਆਂ ਚਲਾ ਰਹੇ, 13 ਬੰਦ ਕੀਤੇ ਨੇ ਇਹਨਾਂ ਨੇ। ਹਾਂ ਬਿਲਕੁਲ। ਇਹ ਵੀ ਜਿਹੜਾ ਸੀਗਾ ਇਹ ਜਿਹੜਾ ਕੋਚਿੰਗ ਸੈਂਟਰ ਜੀ, ਇਹਨਾਂ ਨੇ ਥੱਲੇ ਲਾਇਬ੍ਰੇਰੀ ਬਣਾ ਰੱਖੀ ਸੀਗੀ। ਮੀਂਹ ਪਿਆ, ਉਹ ਜਿਹੜਾ ਬਾਇਓਮੈਟ੍ਰਿਕ ਗੇਟ ਸੀਗਾ ਜੀ ਉਹ ਬੰਦ ਹੋ ਗਿਆ। ਜਦੋਂ ਬੰਦ ਹੋ ਗਿਆ ਜਿਸ ਵੇਲੇ, ਤਾਂ ਇਹ ਇਹਨਾਂ ਨੇ ਕੋਸ਼ਿਸ਼ ਕੀਤੀ, ਉਹ ਨਹੀਂ ਖੁੱਲ੍ਹਿਆ ਜੀ। ਪ੍ਰੈਸ਼ਰ ਦੇ ਨਾਲ ਪਾਣੀ ਜਿਹੜਾ ਸੀ ਅੰਦਰ ਵੜ ਗਿਆ ਅਤੇ ਦੱਸਦੇ ਆ ਕਿ 3 ਮਿੰਟਾਂ ਦੇ ਅੰਦਰ ਅੰਦਰ ਹੀ 10-12 ਫੁੱਟ ਪਾਣੀ ਚੜ ਗਿਆ ਜੀ। ਉਹ 3 ਜਿਹੜੇ ਕਹਿ ਲਓ ਕਿ ਬਹੁਤ ਜ਼ਬਰਦਸਤ ਸਟੂਡੈਂਟ ਸੀਗੇ ਜੀ, ਜਿਹੜੇ ਤਿਆਰੀ ਕਰ ਰਹੇ ਸੀਗੇ ਵੱਖ ਵੱਖ ਸਟੇਟਾਂ ਦੇ, ਜਿਹਦੇ 'ਚੋਂ 2 ਕੁੜੀਆਂ ਸਨ ਅਤੇ 1 ਮੁੰਡਾ ਸੀ, ਤਿੰਨੇ ਮਰ ਗਏ। ਓਹੋ। ਚਲੋ ਬਾਕੀ ਬਚ ਗਏ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅੱਧੀ ਰਾਤ ਤੱਕ ਲਾਸ਼ਾਂ ਜਿਹੜੀਆਂ ਉਹ ਨਿਕਲਦੀਆਂ ਰਹੀਆਂ ਜੀ। ਹੁਣ ਉਹੀ ਮਸਲਾ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਕਿ ਉਹ ਦੇਖਦੇ ਪਏ ਹਾਂ ਕਿ ਕਿਸ ਤਰੀਕੇ ਦੇ ਨਾਲ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਜਾਂਦੀ। ਜ਼ਿੰਮੇਵਾਰੀ ਨਾਂ ਦੀ ਇੱਥੇ ਕੋਈ ਚੀਜ਼ ਹੀ ਹੈ ਨਹੀਂ, ਨਾ ਹੀ ਇਹ ਰੀਤ ਆ ਕਿ ਕੋਈ ਜ਼ਿੰਮੇਵਾਰੀ ਜਿਹੜੀ ਆ ਉੱਟਦਾ ਜੀ। ਜ਼ਿੰਮੇਵਾਰੀ ਉੱਟਣ ਤੋਂ ਭਾਵ ਕੀ ਹੈ ਕਿ ਹਾਂ ਬਾਈ ਯਾਰ ਇਹ ਸਾਡੀ ਗਲਤੀ ਕਰਕੇ ਹੋਇਆ, ਨਾ ਅਹਿਲੀਅਤ ਕਰਕੇ ਹੋਇਆ, ਨਲਾਇਕੀ ਕਰਕੇ ਹੋਇਆ। ਤਾਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਹੜੀ ਸ਼ਿਕਾਇਤ ਸੀ ਇੱਕ ਜੀ, ਉਹ ਜੂਨ ਮਹੀਨੇ 'ਚ ਗਈ ਆ ਕੁਸ਼ਵਾਹਾ ਸਾਹਿਬ ਨੇ ਕੋਈ, ਉਹਨਾਂ ਨੇ ਸ਼ਿਕਾਇਤ ਕੀਤੀ ਕਿ ਇੱਥੇ ਸਟੂਡੈਂਟ ਸੇਫਟੀ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਫਿਰ ਉਹ 15 ਜੁਲਾਈ ਨੂੰ ਰਿਮਾਈਂਡਰ ਕੱਢਦੇ ਆ, ਫਿਰ ਇੱਕ 22 ਨੂੰ ਰਿਮਾਈਂਡਰ ਕੱਢਦੇ ਆ ਜੀ ਕਿ ਬਾਈ ਕੁਛ ਕਰੋ ਯਾਰ, ਆਹ ਕੁਛ ਚੱਲਦਾ ਪਿਆ। ਹੁਣ ਤੁਸੀਂ ਵੇਖੋ, ਕਮਾਲ ਦੀ ਗੱਲ ਆ ਕਿ ਇਹ ਜਿਹੜਾ ਸੀਗਾ ਕੇਂਦਰ ਜੀ, ਜਿਹੜਾ ਕੋਚਿੰਗ ਸੈਂਟਰ ਸੀਗਾ, ਇਹ 1.5 ਤੋਂ 2.5 ਲੱਖ ਰੁਪਈਆ ਫੀਸ ਲੈ ਰਿਹਾ ਸੀਗਾ ਜੀ ਇੱਕ ਸਟੂਡੈਂਟ ਤੋਂ। ਤੁਸੀਂ ਹਿਸਾਬ ਲਾ ਲਓ ਬਹੁਤ ਜ਼ਿਆਦਾ। ਤਾਂ ਮਤਲਬ ਕਿ ਵੱਡੇ ਕਰਨ ਵਾਲਾ ਜਿਹੜਾ ਕੋਈ ਇਹ ਆ ਕਿ ਆਪਾਂ ਕਹਿ ਦਿੰਦੇ ਯਾਰ ਇਹ ਵੱਡੇ ਸੁਪਨੇ ਲੈ ਕੇ ਆਏ ਆ ਜੀ, ਇਹ ਵੱਡਾ ਕੁਛ ਕਰਨਾ ਚਾਹੁੰਦੇ ਜ਼ਿੰਦਗੀ 'ਚ, ਉਹ ਸਾਰੇ ਵੱਡੇ ਕਰਨ ਵਾਲੇ, ਵੱਡੀ ਮਨਸ਼ਾ ਰੱਖਣ ਵਾਲੇ ਵੱਡੇ ਘਰਾਂ ਦੇ ਨਹੀਂ ਹੁੰਦੇ। ਨਹੀਂ ਹੁੰਦੇ, ਬਿਲਕੁਲ ਜੀ। ਉਹ 1-1.5 ਲੱਖ ਸ਼ਾਇਦ ਹੋ ਸਕਦਾ ਕਿ ਕੋਈ ਆਪਦੀ ਜ਼ਮੀਨ, ਕੋਈ ਗਹਿਣਾ ਗੱਟਾ,
ਉਹ ਇੱਧਰ ਉੱਧਰ ਕਰਕੇ ਲਿਆਉਂਦਾ ਹੋਵੇ, ਬਿਲਕੁਲ ਤੰਗੀਆਂ ਤੁਰਸ਼ੀਆਂ ਚੋਂ ਨਿਕਲ ਕੇ ਹੀ ਇੱਧਰ ਆਇਆ ਜਾਂਦਾ ਜੀ, ਬਿਲਕੁਲ ਕੋਈ ਲੋਨ ਲੈ ਕੇ ਪੜ੍ਹ ਰਿਹਾ ਹੋਏਗਾ ਤਾਂ, ਪਰ ਤੁਸੀਂ ਕੀ ਕਰ ਰਹੇ ਹੋ? ਅੱਛਾ ਕਮਾਲ ਦੀ ਗੱਲ ਹੈ, ਮੈਂ ਕੱਲ੍ਹ ਦਾ ਇਹ ਸਾਰਾ ਕੁਛ ਜਦੋਂ ਦਾ ਦੇਖ ਰਿਹਾ ਸੀਗਾ, ਅਫਸੋਸ ਵੀ ਬਹੁਤ ਹੋਇਆ, ਮੈਂ ਉਹੀ ਗੱਲ ਕਰ ਰਿਹਾ ਕਿ ਯਾਰ ਇੱਥੋਂ ਆਈ ਐੱਸ ਨਿਕਲਦੇ ਆ, ਇਹ ਕਿੰਨੇ ਆਈ ਐੱਸ ਨਿਕਲਦੇ ਆ ਜੀ ਜਿਹੜੇ ਇੱਥੋਂ ਮੁਖਰਜੀ ਨਗਰ ਚੋਂ ਆ ਜਾਂ ਰਜਿੰਦਰ ਨਗਰ ਚੋਂ ਜਿਹੜੇ ਨਿਕਲਦੇ ਆ, ਤਾਂ ਉਹ ਨਹੀਂ ਕਦੇ ਸੋਚਦੇ ਕਿ ਯਾਰ ਜਾ ਕੇ ਅਸੀਂ ਇਹਨਾਂ ਚੀਜ਼ਾਂ 'ਤੇ ਕੰਮ ਕਰੀਏ ਯਾਰ ਜੀ। ਅਤੇ ਇਹ ਕਹਿ ਲਓ ਕਿ ਹੁਣ ਉੱਥੇ ਸਾਰੀ ਖੇਡ ਚੱਲਦੀ ਪਈ ਆ, ਅੱਜ ਕੁਛ ਸੈਂਟਰ ਬੰਦ ਕਰਾ ਦਿੱਤੇ ਆ, ਬਲਡੋਜ਼ਰ ਲਈ ਫਿਰਦੇ, ਇਹਨਾਂ ਕੋਲ ਇੱਕੋ ਇਹ ਹਥਿਆਰ ਆ ਜੀ ਜੀ। ਜਦੋਂ ਬੰਦੇ ਮਰ ਗਏ, ਹਾਦਸਾ ਹੋ ਗਿਆ, ਇਹਨਾਂ ਨੇ ਫਿਰ ਕਹਿ ਲਓ ਕਿ ਪੂਛ ਚੱਕ ਲੈਣੀ। ਪਹਿਲਾਂ ਸੈਂਟਰਾਂ ਵੇਲੇ ਵੀ ਆਈ ਹੋਇਆ ਸੀ, ਇੱਕ ਵਾਰੀ ਬੰਦ ਕਰਾ ਜੀ, ਬਸ ਉਹ ਚੱਲੀ ਜਾਂਦੇ ਆ ਤੁਹਾਡੇ ਸਾਹਮਣੇ ਚੱਲੀ ਜਾਂਦੇ ਨੇ, ਤਾਂ ਮਤਲਬ ਕਿ ਕੋਈ ਬਲਡੋਜ਼ਰ ਲੈ ਕੇ ਆ ਜਾਏਗਾ, ਕੋਈ ਅੱਖਾਂ 'ਚ ਨਕਲੀ ਹੰਝੂ ਲੈ ਕੇ ਆ ਜਾਏਗਾ। ਇਹਨਾਂ ਦਾ ਸਿਰਫ ਅਤੇ ਸਿਰਫ ਇੰਡੀਅਨ ਪੋਲੀਟੀਸ਼ੀਅਨ ਦਾ ਪਖੰਡ ਆ, ਬਿਲਕੁਲ ਬਿਲਕੁਲ। ਅਤੇ ਮੈਨੂੰ ਤਾਂ ਬੜਾ ਗੱਲ ਦਾ ਨਾ ਗੁੱਸਾ ਚੜਿਆ ਕਿ ਵੇਖੋ ਕਿੰਨੇ ਕਿੰਨੇ ਬ੍ਰਿਲੀਅੰਟ ਸਟੂਡੈਂਟ ਸੀਗੇ ਉਹ ਜੀ, ਕੋਈ ਬੀ ਐੱਸ ਸੀ ਕਰਕੇ ਆਇਆ ਹੋਇਆ ਸੀਗਾ, ਕੋਈ ਯਾਨੀ ਟੋਪਰ ਸੀਗੇ ਉਹ ਜੀ, ਜਿਹੜੇ ਇਹਨਾਂ ਨੇ ਮਾਰ ਦਿੱਤੇ ਬੱਚੇ ਹੀ ਇੰਨੀ ਟਫ। ਹਾਂਜੀ ਬਿਲਕੁਲ, ਇਹਨਾਂ ਨੇ ਮਾਰ ਦਿੱਤੇ ਆ ਜੀ। ਹੁਣ ਆਮ ਆਦਮੀ ਪਾਰਟੀ ਵਾਲੇ ਉਹਨਾਂ ਦੇ, ਉਹ ਜਿਹੜਾ ਇੱਥੋਂ ਇੱਕ ਲਟੌਰ ਜਿਹਾ ਗਿਆ ਪੰਜਾਬ ਦੇ ਵਿੱਚੋਂ ਹੀ, ਦੁਰਗੇਸ਼ ਜੀ, ਉਹ ਕਹੀ ਜਾਂਦਾ ਕਹਿੰਦਾ ਕਿ ਇੱਕ ਸਾਲ ਦੇ ਵਿੱਚ ਨਾਲੇ ਸਾਫ਼ ਹੁੰਦੇ ਨੇ, ਦੱਸੋ, ਕਿਉਂਕਿ ਇਹਨਾਂ ਦੇ ਕੋਲ ਹੀ ਆ ਗਈ ਨਾ ਹੁਣ ਨਿਗਮ ਦੀ ਜ਼ਿੰਮੇਵਾਰੀ ਵੀ ਇਹਨਾਂ ਦੇ ਕੋਲ ਆ। ਅੱਗੇ ਤਾਂ ਕਹਿ ਦਿੰਦੇ ਸੀਗੇ ਕਿ ਨਿਗਮ ਜਿਹੜਾ ਜੀ ਉਹ ਕੇਂਦਰ ਸਰਕਾਰ ਕੋਲ ਹੈ, ਹੁਣ ਇਹ ਬਹਾਨੇ ਬੜੇ ਘੜਦੇ ਆ, ਕਹਿੰਦੇ ਜੀ ਸਾਲ 'ਚ ਕੀ ਹੁੰਦਾ, ਅਤੇ ਬੰਦਾ ਪੁੱਛੇ 10-15 ਸਾਲ ਲੈ ਲਿਆ ਕਰੋ ਜੀ ਨਾਲੇ ਸਾਫ਼ ਕਰਨ ਵਾਸਤੇ, 10-15 ਸਾਲ ਲੈ ਲਓ। ਇਹ ਗੱਲਾਂ ਨੇ, ਸੋ ਬਹੁਤ ਹੀ ਮੈਂ ਕਹੂੰਗਾ ਕਿ ਉਦਾਸ ਕਰਨ ਵਾਲੀ, ਮਾਯੂਸ ਕਰਨ ਵਾਲੀ ਖਬਰ ਆ। ਹਾਲਾਂਕਿ ਹੁਣ ਕੁਝ ਗ੍ਰਿਫਤਾਰੀਆਂ ਹੋ ਗਈਆਂ ਨੇ, ਪਰ ਦੱਸਦੇ ਆ ਕਿ ਇਹ ਜ਼ਿਆਦਾਤਰ ਸੈਂਟਰਾਂ ਦੀ ਇਹੋ ਕਹਾਣੀ ਆ, ਮੋਟੇ ਪੈਸੇ ਲੈ ਰਹੇ ਆ ਜੀ, ਪਰ ਬਦਲੇ ਦੇ ਵਿੱਚ ਸਟੂਡੈਂਟਾਂ ਨੂੰ ਕੀ ਦਿੱਤਾ ਜਾ ਰਿਹਾ? ਮੌਤ, ਆਹ ਤੁਸੀਂ ਦੇਖਿਆ ਹੋਣਾ ਸਾਲ ਕਿ 2 ਸਾਲ ਪਹਿਲਾਂ ਦੀ ਗੱਲ ਆ ਕਿ ਉੱਥੇ ਦਿੱਲੀ ਦੇ ਵਿੱਚ ਹੀ ਜੀ ਅੱਗ ਲੱਗ ਗਈ ਸੀ, ਮਸੀ ਉਹ ਸਟੂਡੈਂਟ ਜਿਹੜੇ ਸੀ ਬਚੇ ਸੀ, ਅਤੇ ਕਈ ਦਰਜਨ ਸਟੂਡੈਂਟ ਜ਼ਖਮੀ ਹੋਏ ਸਨ ਜੀ ਜੀ। ਇੱਕ ਸਟੂਡੈਂਟ ਆ ਥੋੜ੍ਹਾ ਸਮਾਂ ਪਹਿਲਾਂ ਹੀ ਕਰੰਟ ਨਾਲ ਮਰ ਗਿਆ ਜੀ, ਤਾਰਾਂ ਨੰਗੀਆਂ ਸੀਗੀਆਂ ਪਾਣੀ ਦੇ ਵਿੱਚ, ਕਿਤੇ ਤਾਰ ਪਈ ਸੀ, ਉਹਨੇ ਕਿਤੇ ਲੋਹੇ ਦੇ ਪੋਲ ਨੂੰ ਹੱਥ ਲਾਇਆ ਅਤੇ ਨਾਲ ਦੀ ਨਾਲ ਖਤਮ ਹੋ ਗਿਆ ਮੁੰਡਾ ਜੀ ਜੀ ਜੀ। ਮਤਲਬ ਕਿ ਇਸ ਤਰ੍ਹਾਂ ਕੋਟਾ ਉਹ ਖੁਦਕੁਸ਼ੀ ਵਾਲੀ ਫੈਕਟਰੀ ਬਣਿਆ ਪਿਆ। ਸੋ ਬੱਚੇ ਦੀ ਇੱਥੇ ਕਹਿ ਲਓ ਕਿ ਜਾਂ ਟੈਲੈਂਟ ਦੀ ਕੋਈ ਕਦਰ ਹੀ ਹੈ ਨਹੀਂ, ਸਗੋਂ ਉਲਟਾ ਕਦਰ ਕੀ ਕਰਨੀ ਹੈ ਅਤੇ ਕਤਲ ਕਰ ਰਹੇ, ਬਿਲਕੁਲ ਕਦਰ ਨਹੀਂ ਹੈ, ਕਤਲ ਕਰ ਰਹੇ ਨੇ ਜੀ। ਮਿੰਟੂ ਜੀ, ਇਹ ਆ ਵੀ ਚਲੋ ਪਤਾ ਨਹੀਂ ਅੱਗੇ ਜਾ ਕੇ ਨੌਕਰੀਆਂ ਮਿਲਣ ਕਿ ਨਾ, ਜਾਂ ਜੋ ਪਰਿਵਾਰਾਂ ਤੋਂ ਖੋਏ ਗਏ ਬੱਚੇ ਉਹ ਨਹੀਂ ਵਾਪਸ ਆ ਸਕਦੇ, ਉਹੀ ਤਾਂ ਗੱਲ ਹੈ ਨਾ ਕਿ ਚਲੋ ਨੌਕਰੀਆਂ ਨਾ ਮਿਲਣ, ਖਸਮਾਂ ਦਾ ਸਿਰ ਖਾਵੇ ਬੰਦਾ, ਕਿੰਨੇ ਨੇ ਜਿਹੜੇ ਵਿਚਾਰੇ ਪੀ ਐੱਚ ਡੀ ਕਰਕੇ ਜਾਂ ਮਾਸਟਰ ਕਰਕੇ ਉਹ ਆਪਦੀਆਂ ਰੇਹੜੀਆਂ ਲਾਈ ਫਿਰਦੇ ਆ ਜਾਂ ਕੁਛ ਵੀ ਕਰਦੇ ਆ ਜੀ, ਪਰ ਬਿਲਕੁਲ ਗੱਲ ਤੁਹਾਡੀ ਦਰੁਸਤ ਹੈ ਕਿ ਮਾਂ ਨੂੰ ਪੁੱਤ ਥੋੜ੍ਹੀ ਲੱਭਣੇ, ਬਿਲਕੁਲ ਬਿਲਕੁਲ, ਮਾਂ ਨੂੰ ਪੁੱਤ, ਮਾਂ ਨੂੰ ਧੀ ਥੋੜ੍ਹੀ ਲੱਭਣੀ ਜੀ ਜੀ। ਮਿੰਟੂ ਜੀ, ਕੁਛ ਕਮੈਂਟ ਆਪਾਂ ਪੜ੍ਹ ਲਈਏ। ਕੁਲਦੀਪ ਸਿੰਘ ਗਰੇਵਾਲ ਜੀ ਆਪਣੇ ਨਾਲ ਜੁੜੇ ਹੋਏ ਨੇ, ਉਹ ਕਹਿ ਰਹੇ ਨੇ ਕਿ ਰਾਹੁਲ ਗਾਂਧੀ ਪਾਰਲੀਮੈਂਟ ਦੇ ਵਿੱਚ ਅੱਜ ਬਹੁਤ ਬੋਲੇ ਨੇ। ਹਾਂਜੀ, ਉਹਨੇ ਕਾਫੀ ਚਲੋ ਕਿ ਸਿਆਸਤਦਾਨਾਂ ਵਾਲੀ ਜਿਹੜੀ ਗੱਲ ਹੈ ਨਾ ਜੀ, ਚਲੋ ਇੱਕ ਪਾਸੇ ਜਿਹੜਾ ਕੋਈ ਬੋਲਦਾ ਤੇ ਬਈ ਉਹਦਾ ਵੀ ਸ਼ੁਕਰੀਆ, ਪਰ ਗੱਲ ਇਹ ਆ ਕਿ ਜਦੋਂ ਕੋਈ ਪਾਵਰ ਦੇ ਵਿੱਚ ਹੁੰਦਾ ਜੀ, ਪਾਵਰ ਜਦੋਂ ਆ ਜਾਂਦੀ ਹੈ ਉਦੋਂ ਕੰਮ ਵੀ ਇੰਨਾ ਕਰੇ ਤੇ ਫਿਰ ਤਦ ਹੀ ਹੈ ਨਾ, ਸੁਧਾਰ ਵੀ ਇਸੇ ਤਰ੍ਹਾਂ ਜਿਵੇਂ ਬੋਲਦੇ ਨੇ, ਸੁਧਾਰ ਵੀ ਇਸੇ ਤਰ੍ਹਾਂ ਲਾਗੂ ਹੋਣ ਤੇ ਤਦ ਹੀ ਕਹਾਣੀ ਜਿਹੜੀ ਉਹ ਸੂਤ ਆਉਣੀ ਆ ਜੀ ਜੀ। ਜਸਪਾਲ ਬੁੱਟਰ ਜੀ ਕਹਿ ਰਹੇ ਨੇ ਕਿ ਪਰਸੋਂ ਕੋਈ ਵੀਡੀਓ ਵਾਇਰਲ ਹੋਈ ਹੈ, ਲੁਧਿਆਣੇ ਦੇ ਵਿੱਚ ਕੋਈ ਮੁੰਡਾ ਸ਼ਰੇਆਮ ਵੱਢਿਆ ਗਿਆ, ਕਹਿੰਦੇ ਜੀਮੇਲ ਤੁਹਾਡੀ ਨਹੀਂ ਮਿਲੀ, ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ। ਕੋਈ ਗੱਲ ਨਹੀਂ ਜੀ, ਬਾਅਦ ਦੇ ਵਿੱਚ ਵੀ ਤੁਸੀਂ ਉਹ ਕਰ ਸਕਦੇ ਹੋ ਸਾਡੇ ਨਾਲ। ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਹੁੰਦੀਆਂ ਨੇ ਸੁਖਮਨੀ ਸਾਹਿਬ, ਪੰਜਾਬ ਦੇ ਵਿੱਚ
ਵੱਡਾ ਟੁੱਕੀ ਜਿਹੜੀ ਆ ਬਹੁਤ ਚੱਲਦੀ ਆ, ਬਹੁਤ ਚੱਲਦੀ ਆ। ਲੋਅ ਐਂਡ ਆਰਡਰ ਨਾਲ ਜੁੜਿਆ ਜੇ ਤੁਸੀਂ ਇਹ ਮਾਮਲਾ ਵੇਖੋਗੇ, ਆਸੇ ਪਾਸੇ ਆਪਦੇ ਨਿਗਾਹ ਮਾਰੋ ਜੀ, ਬਹੁਤ ਥਾਵਾਂ 'ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ, ਕਦੇ ਮੁੰਡੇ ਲੜ ਪੈਂਦੇ ਆ, ਕਦੇ ਗੈਂਗਾਂ ਲੜ ਪੈਂਦੀਆਂ, ਕਦੇ ਕੁਛ ਕਦੇ ਕੁਛ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਆ ਕਿ ਲੋਕ ਜਿਹੜੇ ਆ ਉਹ ਆਪੋ ਆਪਣੇ ਰਸਤੇ 'ਤੇ ਜਾਂਦੇ ਆ ਅਤੇ ਉੱਥੇ ਘੇਰ ਕੇ ਚਾਰ ਮਾਰ ਕੇ ਬਦਮਾਸ਼ ਬਟੂਆ ਖੋਲਿਆ, ਮੋਬਾਈਲ ਖੋਲਿਆ, ਆਮ ਗੱਲਾਂ ਹੋ ਗਈਆਂ ਜੀ। ਜਗਦੀਪ ਸਿੰਘ ਜੀ ਕਹਿ ਰਹੇ ਨੇ ਕਿ ਸਾਡੇ ਆਗੂ ਅਤੇ ਅਫਸਰ ਕੋਈ ਵੀ ਸੁਧਾਰ ਕਰਨ ਤੋਂ ਪਹਿਲਾਂ ਕਹਿੰਦੇ ਬੰਦਿਆਂ ਦੀ ਬਲੀ ਮੰਗਦੇ ਆ। ਬਿਲਕੁਲ, ਇਹਨਾਂ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਗੁੱਸਾ ਹੈ ਇਸ ਘਟਨਾ ਨੂੰ ਲੈ ਕੇ, ਸ਼ਦੀਦ ਗੁੱਸਾ ਹੈ ਲੋਕਾਂ ਦੇ ਵਿੱਚ ਕਿ ਯਾਰ ਤੁਸੀਂ ਹਰੇਕ ਵਾਰੀ, ਤੁਹਾਡਾ ਤਾਂ ਪਖੰਡ ਹੀ ਇਹ ਹੋ ਗਿਆ ਕਿ ਬਈ ਜਦੋਂ ਕੋਈ ਵੱਡੀ ਘਟਨਾ ਹੋ ਜਾਏਗੀ ਤੁਸੀਂ ਫਿਰ ਕਰੋਗੇ ਕਿ ਇਨਕੁਆਇਰੀ ਕਰਾਂਗੇ ਜੀ, ਇਹ ਕਰਾਂਗੇ, ਉਹ ਕਰਾਂਗੇ। ਮੈਂ ਕਹਿੰਦਾ ਇਹਨਾਂ ਸਾਰਿਆਂ 'ਤੇ ਪਰਚਾ ਦਰਜ ਹੋਣਾ ਚਾਹੀਦਾ, ਜਿਹਦੇ ਕੋਲ ਮਨਿਸਟਰੀ ਹੈ ਉਹਦੇ 'ਤੇ ਪਰਚਾ ਦਰਜ ਹੋਵੇ, ਜੋ ਪੈਸੇ ਲੈ ਕੇ ਇਸ ਤਰ੍ਹਾਂ ਦੇ ਕੇਂਦਰਾਂ ਨੂੰ ਚਲਾ ਰਹੇ ਸਨ, ਇਹਨਾਂ ਸਾਰਿਆਂ 'ਤੇ ਮੁਕੱਦਮਾ ਹੋਣਾ ਚਾਹੀਦਾ। ਜੀ ਜੀ ਜੀ। ਸਤਨਾਮ ਪਾਲੀਆ ਜੀ ਵੀ ਕਹਿ ਰਹੇ ਨੇ ਕਿ ਹਰ ਕੋਈ ਬੱਚਾ IAS ਦੀ ਤਿਆਰੀ ਕਰਨ ਦੀ ਹੌਸਲਾ ਨਹੀਂ ਕਰ ਸਕਦਾ। ਮਲੂਕ ਸਿੰਘ ਕਹਿ ਰਹੇ ਨੇ ਕਿ ਤੁਹਾਨੂੰ ਵੀ ਯਾਦ ਹੋਣਾ ਜੀ, ਅਸੀਂ ਤਾਂ ਬਹੁਤ ਛੋਟੇ ਸੀ ਉਦੋਂ ਡੱਬਵਾਲੀ ਦੇ ਵਿੱਚ ਅਗਨੀਕਾਂਡ ਹੋਇਆ ਸੀਗਾ ਜੀ, ਬਹੁਤ ਵੱਡਾ ਅਗਨੀਕਾਂਡ। ਬਿਲਕੁਲ ਗਗਨ ਸੋਮਲ ਜੀ ਕਹਿ ਰਹੇ ਨੇ ਕਿ ਦਿੱਲੀ ਵਾਲੇ ਜਵਾਕਾਂ ਦਾ ਅਫਸੋਸ ਆਪਾਂ ਕਰ ਲਿਆ, ਪੰਜਾਬ ਬਾਰੇ ਕੋਈ ਗੱਲ ਕਰੋ, ਮਾੜੇ ਮੋਟੇ ਰੌਲੇ ਨਾਲ ਜੇ ਲਾਸ਼ ਆਸਾਨੀ ਨਾਲ ਪਿੰਡ ਆ ਜਾਵੇ, 3 ਜਵਾਕ ਮਰੇ ਨੇ, ਇਹ ਖਬਰ ਮੈਨੂੰ ਪੂਰੀ ਸਮਝ ਨਹੀਂ ਆਈ ਜੀ। ਜੀ ਗਗਨ ਜੀ, ਕੈਨੇਡਾ ਦੇ ਵਿੱਚ ਮੌਤ ਹੋਈ ਆ, ਕੈਨੇਡਾ ਦੇ ਵਿੱਚ ਐਕਸੀਡੈਂਟ ਹੋਇਆ ਤਾਂ ਉਹਦੇ ਵਿੱਚ ਮੌਤਾਂ ਹੋਈਆਂ, 3 ਮੌਤਾਂ ਹੋਈਆਂ ਨੇ ਜੀ। ਤੇ ਇਹਦੇ ਵਿੱਚ ਕੀ ਆ ਕਿ ਪਿਛਲੇ ਦਿਨ ਹੀ ਪਾਰਲੀਮੈਂਟ 'ਚ ਵੀ ਇਹ ਮਾਮਲਾ ਉੱਠਿਆ ਸੀਗਾ, ਸਵਾਲ ਲਾਇਆ ਗਿਆ ਸੀਗਾ, ਤਾਂ ਉਹਦੇ ਜਵਾਬ ਦੇ ਵਿੱਚ ਇਹਨਾਂ ਨੇ ਦੱਸਿਆ ਸੀਗਾ ਕਿ ਆ 4-5 ਸਾਲਾਂ ਦੇ ਦੌਰਾਨ 500 ਤੋਂ ਵੱਧ ਸਟੂਡੈਂਟ ਜਿਹੜੇ ਆ ਉਹ ਮਰੇ ਨੇ, ਅਤੇ ਇਸ ਤੋਂ ਇਲਾਵਾ ਪੰਜਾਬ ਦਾ ਜੇ ਆਪਾਂ ਵੇਖੀਏ ਤਾਂ ਉਹ ਕਾਫੀ ਅੰਕੜਾ ਜ਼ਿਆਦਾ, ਅਤੇ ਖਾਸ ਤੌਰ 'ਤੇ ਕੈਨੇਡਾ ਦਾ ਅੰਕੜਾ ਜ਼ਿਆਦਾ ਹੈ। ਤਾਂ ਹੁਣ ਉਹਦੇ 'ਚ ਕੀ ਆ ਕਿ ਅੱਗੇ ਤਾਂ ਦੇਖੋ ਮਸਲਾ ਜਿਹੜਾ ਸੀਗਾ ਨਾ ਉਹ ਇਸ ਤਰ੍ਹਾਂ ਸੀਗਾ ਕਿ ਉੱਧਰ ਜਿਹੜੀਆਂ ਸੁਸਾਇਟੀਆਂ ਸੀਗੀਆਂ ਜੀ ਜੀ ਕੈਨੇਡਾ ਦੇ ਵਿੱਚ ਜਦੋਂ ਸਟੂਡੈਂਟਾਂ ਦੀ ਗਿਣਤੀ ਘੱਟ ਸੀਗੀ, ਹੁਣ ਜ਼ਰਾ ਜੀ ਗੱਲ ਹੈ ਨਾ ਜੇ ਕਿਸੇ ਵੀ ਵਰਗ ਦੇ ਵਿੱਚ ਜਾ ਕੇ ਗਿਣਤੀ ਵਧੇਗੀ ਤਾਂ ਮਾਮਲੇ ਵੀ ਵਧਣਗੇ ਜੀ ਜੀ। ਤਾਂ ਹੁਣ ਹੁੰਦਾ ਕੀ ਸੀਗਾ ਕਿ ਉਸ ਵੇਲੇ ਚਲੋ ਸਰਕਾਰ ਵੀ ਕਹਿੰਦੇ ਆ ਕਿ ਹੈਲਪ ਕਰਦੀ ਹੁੰਦੀ ਸੀਗੀ ਜੀ, ਅਤੇ ਜਿਹੜੀਆਂ ਉੱਥੋਂ ਦੀਆਂ ਸੁਸਾਇਟੀਆਂ ਸੀਗੀਆਂ ਉਹ ਮਤਲਬ ਕਿ ਆਸਾਨੀ ਦੇ ਨਾਲ ਇੱਥੋਂ ਤੱਕ ਲਾਸ਼ ਪੁੱਜਦੀ ਕਰ ਦਿੰਦੀਆਂ ਸੀਗੀਆਂ ਜੀ ਜੀ। ਹੁਣ ਕੀ ਹੈ ਕਿ ਮਾਮਲੇ ਜ਼ਿਆਦਾ ਹੋ ਗਏ ਨੇ, ਬਿਲਕੁਲ, ਯਾਨੀ ਡੈਥ ਕੇਸ ਜਿਹੜੇ ਉਹ ਜ਼ਿਆਦਾ, ਐਕਸੀਡੈਂਟ ਕੇਸ ਵੀ ਬਹੁਤ ਹੋਏ ਪਿਛਲੇ ਦਿਨਾਂ 'ਚ ਹੀ ਆਪਾਂ ਦੇਖ। ਐਕਸੀਡੈਂਟ ਤਾਂ ਫਿਰ ਉੱਥੇ ਜਦੋਂ ਵੀ ਇਹੋ ਜਿਹੇ ਦੇਸ਼ਾਂ ਦੇ ਵਿੱਚ ਤੁਸੀਂ ਵੇਖੋਗੇ ਨਾ ਮੋਟਰਵੇ 'ਤੇ ਐਕਸੀਡੈਂਟ ਜਿਹੜੇ ਹੁੰਦੇ ਤਾਂ ਬੜੇ ਭਿਆਨਕ ਹੁੰਦੇ ਜੀ ਉੱਥੇ। ਸੋ ਇਸ ਕਰਕੇ ਗੱਲ ਇਹ ਆ ਕਿ ਐਕਸੀਡੈਂਟ ਜਾਂ ਕੁਦਰਤੀ ਮੌਤ ਜਾਂ ਕੋਈ ਹੋਰ ਵੀ ਕਾਰਨ ਹੋ ਸਕਦਾ, ਡੈਥ ਕੇਸ ਹੀ ਹੈ ਜੀ, ਤਾਂ ਉਹਦੇ ਵਿੱਚ ਲਾਸ਼ ਜਿਹੜੀ ਲਿਆਉਣੀ ਹੈ ਉਹਦੇ ਵਾਸਤੇ ਖਰਚਾ ਹੁਣ ਬਹੁਤ ਲੱਗਦਾ ਜੀ ਜੀ। ਸ਼ਾਇਦ ਇਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਜੀ। ਗਗਨ ਜੀ ਕਹਿ ਰਹੇ ਨੇ ਕਿ ਜਿਹੜਾ ਐਕਸੀਡੈਂਟ ਹੋਇਆ ਉਹਦੇ ਵਿੱਚ ਦੋ ਭੈਣਾਂ ਅਤੇ ਇੱਕ ਭਰਾ ਸੀ, ਉਹ ਕਹਿੰਦੇ 19-20 ਸਾਲ ਦੀ ਉਮਰ ਦੀ ਸੀ, ਇਹਨਾਂ ਦੇ ਪਿੰਡ ਦੇ ਸੀ ਉਹ। ਹਾਂਜੀ ਹਾਂਜੀ, ਸਕੇ ਭੈਣ ਭਾਈ ਸੀਗੇ ਜੀ।